ਮੰਜੀ ਚੀਜ਼ਾਂ ਜੀ, ਤੁਸੀਂ ਮੈਨੂੰ ਬੁਲਾ ਲਿਆ ਇੱਕੋ ਦਮ। ਉਹ ਚੱਲ ਬਹਿ ਗੱਡੀ 'ਚ, ਕਿਤੇ ਕੁਛ ਖਾਣ ਚੱਲਦੇ ਹਾਂ, ਫਿਰ ਨਾਲੇ ਤੇਰੇ ਨਾਲ ਗੱਲ ਵੀ ਕਰਨੀ ਸੀ। ਕੋਈ ਨਹੀਂ ਚੱਲ ਪੈਂਦੇ ਹਾਂ, ਪਹਿਲਾਂ ਤੁਸੀਂ ਮੈਨੂੰ ਗੱਲ ਤਾਂ ਦੱਸੋ, ਗੱਲ ਕੀ ਕਰਨੀ ਸੀ? ਨਾ ਤੈਨੂੰ ਆਹ ਗੰਦ ਜਿਹਾ ਪਾਉਂਦੇ ਸ਼ਰਮ ਨਾ ਆਈ? ਤੈਨੂੰ ਇੰਨਾ ਪਤਾ ਜੇ ਉਹ ਕੁੜੀ ਚੌਂਕੀ ਚਲੀ ਜਾਵੇ ਨਾ ਤਾਂ ਤੇਰੇ 'ਤੇ ਕੇਸ ਬਣਦਾ, ਕਿਉਂਕਿ ਕੁੜੀ ਕੁਆਰੀ ਆ। ਉਹ ਜੀਜਾ ਜੀ, ਸਾਰੇ ਮੈਨੂੰ ਇੱਕੋ ਗੱਲ ਨੂੰ ਲੈ ਕੇ ਸ਼ਰਮਿੰਦਾ ਕਰੀ ਜਾਂਦੇ ਨੇ। ਹੋਊਗੀ ਗਲਤੀ, ਹੁਣ ਮੈਂ ਕੀ ਕਰਾਂ? ਨਾਲੇ ਜੇ ਮੈਂ ਸਾਰੀ ਗੱਲ ਦੀਦੀ ਨੂੰ ਦੱਸੀ ਆ ਤਾਂ ਹੀ ਤੁਹਾਡੇ ਨਾਲ ਗੱਲ ਆਈ ਆ। ਤਾਂ ਹੀ ਤੈਨੂੰ ਇਸੀ ਗੱਲ ਕਰਕੇ ਬੁਲਾਇਆ ਵੀ ਤੂੰ ਆਹ ਨਵੇਂ ਕਿਹੜੇ ਚੱਕਰਾਂ 'ਚ ਫਸਿਆ ਹੋਇਆ। ਉਹ ਜਨਾਨੀ ਨਾਲ ਕਿਹੜੇ ਬੰਦੇ ਦੀ ਲੜਾਈ ਨਹੀਂ ਹੁੰਦੀ, ਨਾਲੇ ਕਿਹੜਾ ਬੰਦਾ ਵੀ ਆਪਦੀ ਜਨਾਨੀ ਦੇ ਕਲੇਸ਼ ਕਰਕੇ ਬਾਹਰ ਨੂੰ ਤੁਰਿਆ ਫਿਰੇ। ਬਸ ਜੀਜਾ ਜੀ, ਦੁਨੀਆ ਤਾਂ ਪਰੋ ਦੀ ਪਰੇ ਬੈਠੀ ਆ, ਮੈਂ ਤਾਂ ਫਿਰ ਵੀ ਇੱਕ ਨਾਲ ਗੱਲ ਕੀਤੀ ਆ, ਲੋਕੀ ਤਾਂ ਚਾਰ ਚਾਰ ਰੱਖੀ ਫਿਰਦੇ ਨੇ। ਮਹਾਰਾਜ ਜੂ ਤੇਰੇ ਕੰਨ 'ਤੇ ਕਿੱਡੀ ਬੇਵਕੂਫੀ ਵਾਲੀਆਂ ਗੱਲਾਂ ਕਰਦਾ ਪਿਆ। ਉਹ ਜਿਨ੍ਹਾਂ ਦੇ ਘਰੇ ਆਪਦੀਆਂ ਧੀਆਂ ਹੋਣ ਨਾ, ਉਹ ਬਾਹਰ ਇਹੋ ਜਿਹੀ ਖੇ ਨਹੀਂ ਖਾਂਦੇ। ਕੱਲ੍ਹ ਨੂੰ ਤੇਰੀ ਵੀ ਧੀ ਹੈਗੀ ਹੈ, ਉਹਨੇ ਵੀ ਜਵਾਨ ਹੋਣਾ, ਫਿਰ ਉਦੋਂ ਕੀ ਕਰੇਗਾ? ਹੋਰ ਮੈਂ ਜਾਵਾਂ ਵੀ ਕਿੱਥੇ? ਘਰ ਜਾਂਦੇ ਨੂੰ ਜਿਹੜੀ ਜਨਾਨੀ ਨੇ ਚਾਹ ਪਾਣੀ ਪੁੱਛਣਾ ਹੁੰਦਾ ਵਾ, ਉਹ ਮੈਨੂੰ ਖਾਣ ਖਾਣ ਨੂੰ ਵੱਢਣ ਨੂੰ ਪੈਂਦੀ ਸੀ। ਨਾਲੇ ਤੁਸੀਂ ਬੱਚੇ ਦੀ ਗੱਲ ਕਰ ਰਹੇ ਹੋ, ਮੇਰੇ ਬੱਚੇ ਸਾਹਮਣੇ ਮੇਰਾ ਇੰਨਾ ਜਲੂਸ ਕੱਢਦੀ ਸੀ ਨਾ, ਮੈਂ ਤਾਂ ਉਹਦੇ ਨਾਲ ਨਜ਼ਰਾਂ ਵੀ ਨਹੀਂ ਮਿਲਾ ਸਕਦਾ ਸੀ। ਉੱਤੋਂ ਮੇਰੀ ਮੰਮੀ ਸਾਹਮਣੇ ਉਹਨੇ ਮੈਨੂੰ ਇੰਨਾ ਜਲੀਲ ਕੀਤਾ, ਮੈਂ ਦੱਸੋ ਕੀ ਕਰਾਂ? ਉਹ ਤੁਹਾਨੂੰ ਕੀ ਪਤਾ, ਮੈਂ ਉਸ ਟਾਈਮ ਕਿੰਨਾ ਫਸਿਆ ਹੋਇਆ ਸੀਗਾ। ਜਿਹੜੀ ਕੁੜੀ ਮੇਰੇ ਨਾਲ ਆਫਿਸ 'ਚ ਕੰਮ ਕਰਦੀ ਨਾ, ਜੇ ਉਹ ਮੈਨੂੰ ਨਾ ਸਮਝਦੀ ਮੈਂ ਉਹਨੂੰ ਡਿਪਰੈਸ਼ਨ 'ਚ ਹੁੰਦਾ। ਓਹੋ ਅੱਜੂ, ਤੂੰ ਮੇਰੀ ਗੱਲ ਸਮਝਦਾ ਨਹੀਂ ਪਿਆ। ਜੇ ਤੂੰ ਬਾਹਰ ਨੂੰ ਨਿਕਲਣਾ ਹੀ ਸੀਗਾ, ਉਸ ਕੁੜੀ ਨਾਲ ਗੱਲ ਕਰਨੀ ਹੋਈ ਸੀ, ਫਿਰ ਇਕੱਲੀ ਫਰੈਂਡ ਬਣਾ ਲੈਂਦਾ ਪਤੰਦਰਾ। ਉਹਨੂੰ ਵਿਆਹ ਦੇ ਸੁਪਨੇ ਕਿਉਂ ਸਜਾਏ ਉਹਦੇ ਨਾਲ, ਜਾਂ ਉਹਨੂੰ ਇਸ ਚੀਜ਼ ਦੇ ਲਾਰੇ ਕਿਉਂ ਲਾਏ ਕਿ ਮੈਂ ਕੁਆਰਾ ਵਾਂ? ਉਹਨੂੰ ਦੱਸਦਾ ਮੈਂ ਵਿਆਹਿਆ ਭਰਿਆ, ਮੇਰੇ ਕੁੜੀ ਹੈ, ਬਸ ਘਰ ਵਾਲੀ ਤੋਂ ਦੁਖੀ ਹਾਂ ਵੀ ਤੂੰ ਮੇਰੀ ਫਰੈਂਡ ਬਣ ਕੇ ਰਹੇਗੀ। ਸਿੰਪਲ ਸੀਗਾ। ਉਹ ਇੱਥੇ ਤਾਂ ਸਾਰਾ ਸਿਆਪਾ ਪਿਆ ਵਾ। ਜਿਵੇਂ ਸਾਂਝਾ ਨੂੰ ਪਹਿਲੀ ਦੱਸ ਦਿੰਦਾ ਕਿ ਮੈਂ ਵਿਆਹਿਆ ਵਰਾ ਵਾਂ, ਇੱਥੇ ਤੱਕ ਤਾਂ ਗੱਲ ਹੀ ਨਹੀਂ ਪਹੁੰਚਣੀ ਸੀ। ਨਾ ਮੈਂ ਆਪਣੀ ਭੈਣ ਕੋਲੋਂ ਥੱਪੜ ਖਾਂਦਾ ਅਤੇ ਨਾ ਮੈਂ ਆਪਣੀ ਘਰ ਵਾਲੀ ਕੋਲੋਂ ਨਜ਼ਰਾਂ ਲਗਾਉਂਦਾ ਭੱਜਦਾ। ਚੱਲ ਹੁਣ ਬਾਲਾ ਗੁੱਸਾ ਨਾ ਕਰ, ਨਾ ਹੀ ਬਾਲੀ ਟੈਨਸ਼ਨ ਲੈ। ਮੇਰੀ ਗੱਲ ਸੁਣ, ਅੱਜ ਤਾਂ ਰਹਿਣ ਦਿਓ, ਹਨੇਰਾ ਪੈਣ ਵਾਲਾ। ਕੱਲ੍ਹ ਨੂੰ ਇੱਕ ਕੰਮ ਕਰਿਓ, ਉਹਨੂੰ ਕੁੜੀ ਨੂੰ ਨਾ ਕਿਤੇ ਬੁਲਾ ਲਓ ਅਤੇ ਤੂੰ ਰਾਧਿਕਾ ਨੂੰ ਲੈ ਕੇ ਨਾਲ ਚੱਲ ਜੀ। ਰਾਧਿਕਾ ਨਾ ਆਪਣੇ ਹਿਸਾਬ ਨਾਲ ਉਹਨੂੰ ਸਮਝਾ ਦੇਗੀ। ਉਹ ਤਾਂ ਗੱਲ ਠੀਕ ਆ, ਮੈਂ ਦੀਦੀ ਨੂੰ ਕਹਿ ਦੂੰਗਾ, ਉਹਨੂੰ ਸਮਝਾ ਦੇਣਗੇ। ਪਰ ਜੇ ਉਹ ਕੁੜੀ ਅੜ ਗਈ ਕਿ ਮੈਂ ਵਿਆਹ ਹੁਣ ਤੇਰੇ ਨਾਲ ਕਰਾਉਣਾ ਹੀ ਕਰਾਉਣਾ, ਫਿਰ? ਉਹ ਪ੍ਰਧਾਨ, ਕੋਈ ਨਾ ਕੁੜੀ ਐਡੀ ਵੀ ਇਸ਼ਕ ਦੇ ਵਿੱਚ ਅੰਨੀ ਨਹੀਂ ਹੁੰਦੀ ਵੀ ਇੱਕ ਮੁੰਡਾ ਵਿਆਹਿਆ ਹੋਇਆ ਉਹਦੇ ਇੱਕ ਕੁੜੀ ਹੈ ਅਤੇ ਆਪਣੀ ਜਨਾਨੀ ਨਾਲ ਸੋਹਣਾ ਰਹੀ ਜਾਂਦਾ, ਫਿਰ ਵੀ ਉਹ ਤੇਰੇ ਨਾਲ ਲਾਮਾ ਲੈਂਦੀ ਫਿਰਦੀ ਹੈ। ਹੈਂ, ਚਲੋ ਹੁਣ ਕੱਲ੍ਹ ਦੀ ਤਾਂ ਕੱਲ੍ਹ ਹੀ ਦੇਖਾਂਗੇ, ਅੱਜ ਮੈਂ ਤੁਹਾਡੇ ਵੱਲ ਸੋਚਾਂ, ਮੇਰੇ ਨਾਲ ਘਰ ਜਾਣ ਦੀ ਹਿੰਮਤ ਨਹੀਂ ਪੈ ਰਹੀ। ਉਹ ਨਹੀਂ ਹੋ, ਤੂੰ ਘਰੇ ਜਾ, ਤੈਨੂੰ ਰਾਧਿਕਾ ਨੇ ਸਮਝਾਇਆ ਨਾ ਬਈ ਘਰੇ ਉੱਦਾਂ ਹੀ ਰਹਿ ਜਿੱਦਾਂ ਉਹਨਾਂ ਨਾਲ ਰਹਿ ਰਿਹਾ ਸੀ, ਉਹਨਾਂ ਨੂੰ ਨਾ ਸ਼ੱਕ ਪੈਂਦੀ ਨਹੀਂ ਤਾਂ ਗੱਲ ਖਿਲਰੂਗੀ। ਚੱਲ ਆ ਹੁਣ ਕੁਛ ਖਾ ਕੇ ਆਈਏ। ਆਪਣੇ ਕਮਰੇ 'ਚ ਆਰਾਮ ਕਰਨ ਚੱਲੀ ਹਾਂ, ਰੋਟੀ ਪਾਣੀ ਸਭ ਬਣਿਆ ਹੋਇਆ, ਜਦੋਂ ਚਾਹੀਦਾ ਹੋਏਗਾ ਮੈਨੂੰ ਫੋਨ ਕਰ ਦੇਣਾ। ਕੋਈ ਗੱਲ ਨਹੀਂ, ਕੋਲ ਰਸੋਈਏ, ਜਦੋਂ ਮੈਂ ਖਾਣਾ ਹੋਊਗਾ ਨਾ ਤਾਂ ਮੈਂ ਪਾ ਲਾਂਗੀ। ਅਤੇ ਨਾਲੇ ਕੱਲ੍ਹ ਦੀ ਤੂੰ ਪੇਕਿਓ ਆਈ ਹੋਈ ਹੈ, ਤੇਰਾ ਮੂੰਹ ਬਣਿਆ ਹੋਇਆ, ਕੀ ਗੱਲ ਹੈ? ਮੰਮੀ, ਜਿਹੜੇ ਭਰਾ ਦੇ ਸ਼ੁਰੂ ਤੋਂ ਰੱਖੜੀ ਬੰਨ੍ਹਦੇ ਹੋਵੋ, ਇਸ ਵਾਰ ਉਹ ਰੱਖੜੀ ਮੂੰਹ 'ਤੇ ਚੱਕ ਕੇ ਮਾਰੇ, ਦਿਲ ਤਾਂ ਦੁਖਦਾ ਹੀ ਹੈ ਨਾ। ਹੈ ਕਿਉਂ, ਤੇਰੇ ਭਰਾ ਨੇ ਰੱਖੜੀ ਤੇਰੇ ਮੂੰਹ 'ਤੇ ਮਾਰੀ, ਕੀ ਗੱਲ ਹੋ ਗਈ ਹੈ? ਬਸ ਮੰਮੀ, ਕੀ ਦੱਸਾਂ ਤੁਹਾਨੂੰ, ਮੇਰਾ ਭਰਾ ਅਤੇ ਮੇਰੀ ਮਾਂ ਇਸ ਗੱਲ ਤੋਂ ਨਾਰਾਜ਼ ਨੇ ਕਿ ਮੈਂ ਲੱਡੂ ਰਾਧਿਕਾ ਦੀ ਚੋਲੀ ਕਿਉਂ ਪਾਇਆ। ਲੈ, ਉਹ ਤਾਂ ਸਾਡੇ ਘਰ ਦਾ ਮੈਟਰ ਹੈ, ਤੂੰ ਆਪਣੇ ਘਰ ਦਾ ਸੋਚੇਂਗੀ ਕਿ ਉੱਧਰ ਦਾ ਸੋਚੇਂਗੀ? ਦੇਖੋ ਮੰਮੀ, ਸੋਚਣਾ ਤਾਂ ਦੋਨਾਂ ਘਰਾਂ ਦਾ ਹੀ ਪੈਂਦਾ ਹੈ, ਮੈਨੂੰ ਤੁਹਾਡੀ ਵੀ ਲੋੜ ਹੈ ਅਤੇ ਪੇਕਿਆਂ ਦੀ ਵੀ ਲੋੜ ਹੈ, ਛੱਡ ਤਾਂ ਮੈਂ ਉਹਨਾਂ ਨੂੰ ਵੀ ਨਹੀਂ ਸਕਦੀ। ਮੈਂ ਕਦੋਂ ਕਹਿੰਦੀ ਹਾਂ ਵੀ ਤੂੰ ਆਪਣੇ ਪੇਕੇ ਛੱਡ, ਪਰ ਜਿਹੜੀ ਹਰਕਤ ਤੇਰੇ ਭਰਾ ਨੇ ਕੀਤੀ ਹੈ ਉਹ ਸਹੀ ਕੀਤੀ ਹੈ।
ਉਹਨੂੰ ਤਾਂ ਦੁੱਖ ਨਾ ਇਸ ਗੱਲ ਦਾ ਲੱਗਾ ਹੋਇਆ ਵੈ, ਜਿੱਥੇ ਮੈਨੂੰ ਮਾਮਾ ਦੋ ਭਾਂਜਿਆਂ ਨੇ ਕਹਿਣਾ ਸੀ ਹੁਣ ਇੱਕੋ ਹੀ ਕਹੇਗਾ। ਨਾਲੇ ਇਹੀ ਗੱਲ ਤੋਂ ਮੇਰੀ ਮਾਂ ਵੀ ਦੁਖੀ ਹੋਈ ਬੈਠੀ ਹੈ ਕਿ ਜਿੱਥੇ ਮੇਰੇ ਦੋ ਦੋਤਿਆਂ ਨੇ ਵਿਹੜੇ 'ਚ ਖੇਡਣਾ ਸੀ ਹੁਣ ਇੱਕੋ ਹੀ ਖੇਡੀ ਫਿਰੂਗਾ। ਇਹ ਤਾਂ ਫਿਰ ਤੇਰੇ ਭਰਾ ਦੀ ਅਤੇ ਤੇਰੀ ਮਾਂ ਦੀ ਗਲਤ ਗੱਲ ਹੈ। ਜਦੋਂ ਜਦੋਂ ਤੂੰ ਉੱਧਰ ਜਾਏਂਗੀ ਉਦੋਂ ਉਹਨਾਂ ਨੇ ਤੇਰੇ ਨਾਲ ਕਲੇਸ਼ ਕਰੀ ਜਾਣਾ, ਤਾਂ ਕਲੇਸ਼ ਸਾਡੇ ਘਰ ਵੀ ਹੋਏਗਾ। ਤੁਸੀਂ ਤਾਂ ਨਾ ਇੱਕੋ ਹੀ ਗੱਲ 'ਤੇ ਅੜੇ ਰਹੇ ਕਿ ਬਾਹਰਲਾ ਖੂਨ ਬਾਹਰਲਾ ਖੂਨ, ਮੈਂ ਘਰੇ ਨਹੀਂ ਆਉਣ ਦੇਣਾ। ਜੇ ਅਸੀਂ ਇਹਨਾਂ ਨੂੰ ਕਿਤੋਂ ਬਾਹਰੋਂ ਬੱਚਾ ਦਵਾ ਦਿੰਦੇ ਨਾ ਤਾਂ ਸਾਡੇ ਘਰੇ ਕਲੇਸ਼ ਨਹੀਂ ਸੀ ਹੋਣਾ। ਕਲੇਸ਼ ਤਾਂ ਨਾ ਜੈਸਮੀਨ ਹੁਣ ਵੀ ਕਿਸੇ ਗੱਲ ਦਾ ਨਹੀਂ। ਜਦੋਂ ਬੱਚਾ ਝੋਲੀ ਪਾ ਹੀ ਦਿੱਤਾ, ਤੂੰ ਵੀ ਖੁਸ਼ ਹੈ, ਤੇਰਾ ਘਰ ਵਾਲਾ ਵੀ ਖੁਸ਼ ਹੈ, ਫਿਰ ਤੇਰੇ ਪੇਕਿਆਂ ਨੂੰ ਕਾਹਦੀ ਦਿੱਕਤ ਹੈ? ਮੰਮੀ ਉਹ ਵੀ ਤਾਂ ਬੱਚੇ ਦਾ ਨਾਨਕਾ ਹੈ, ਉਹਨਾਂ ਨੂੰ ਤਾਂ ਦਿੱਕਤ ਹੋਏਗੀ ਨਾ, ਪਰ ਹੁਣ ਅਸੀਂ ਕਰ ਵੀ ਕੀ ਸਕਦੇ ਹਾਂ? ਇਸ ਚੀਜ਼ ਦਾ ਕੋਈ ਹੱਲ ਵੀ ਨਹੀਂ ਹੈਗਾ। ਹੱਲ ਤਾਂ ਨਾ ਹੁਣ ਵੀ ਕਿਸੇ ਗੱਲ ਦਾ ਨਹੀਂ। ਜੇ ਤੂੰ ਸੋਚੇ ਨਾ ਵੀ ਬੱਚਾ ਮੈਂ ਵਾਪਸ ਲੈ ਲਾਂਗੀ, ਇਸ ਗੱਲ ਤੋਂ ਨਾ ਸਾਰੀ ਰਿਸ਼ਤੇਦਾਰੀ ਹੁਣ ਟੁੱਟ ਜਾਏਗੀ। ਆਹੋ ਮੰਮੀ, ਜਦੋਂ ਘਰ ਟੁੱਟਦੇ ਨੇ ਸਭ ਤੋਂ ਪਹਿਲੇ ਤਾਂ ਸ਼ਰੀਕ ਹੀ ਖੁਸ਼ ਹੁੰਦੇ ਨੇ। ਮੈਨੂੰ ਪਤਾ ਉਹਨਾਂ ਨੇ ਇੱਥੇ ਆ ਕੇ ਗੱਲਾਂ ਲਾ ਕੇ ਤੁਹਾਨੂੰ ਕਰਨੀ ਹੈ। ਚੱਲ ਫਿਰ ਕਿਸੇ ਗੱਲ ਦਾ ਨਾ ਹੁਣ ਬੋਝ ਨਾ ਲੈ। ਜਦੋਂ ਤੂੰ ਪੇਕੇ ਜਾਏਂਗੀ ਨਾ ਤਾਂ ਮੈਨੂੰ ਨਾਲ ਲੈ ਚੱਲੀ, ਮੈਂ ਤੇਰੇ ਭਰਾ ਨੂੰ ਅਤੇ ਤੇਰੀ ਮੰਮੀ ਨੂੰ ਚੰਗੀ ਤਰ੍ਹਾਂ ਸਮਝਾ ਦਾਂਗੀ। ਚਲੋ ਕੋਈ ਗੱਲ ਨਹੀਂ ਮੰਮੀ, ਜਿੱਦਾਂ ਜਿੱਦਾਂ ਟਾਈਮ ਬੀਤੀ ਜਾਏਗਾ ਨਾ ਸਭ ਕੁਛ ਆਪੇ ਠੀਕ ਹੋ ਜਾਣਾ। ਮੰਮੀ ਸਤਿ ਸ਼੍ਰੀ ਅਕਾਲ। ਦੀਦੀ ਸਤਿ ਸ਼੍ਰੀ ਅਕਾਲ, ਕਿੱਦਾਂ ਠੀਕ ਹੋ? ਆ ਕੀ ਰਾਧਿਕਾ, ਪੇਕਿਓਂ ਆਈ ਹੈ ਖਾਲੀ ਹੱਥ? ਲੱਡੂ ਕਿੱਥੇ ਹੈ? ਕਿਤੇ ਉੱਥੇ ਤੇ ਨਾ ਛੱਡ ਆਈ ਉਹਨੂੰ? ਓਹੋ, ਮੈਨੂੰ ਪਤਾ ਲੱਡੂ ਦੀ ਨਾ ਤੈਨੂੰ ਵੱਧ ਚਿੰਤਾ ਹੈ, ਤੁਸੀਂ ਇੱਥੇ ਬੈਠੋ ਆਰਾਮ ਨਾਲ। ਲੱਡੂ ਨਾ ਰਸਤੇ ਜਾਂਦਾ ਆਉਂਦਾ ਸੋ ਗਿਆ ਸੀ ਅਤੇ ਉੱਥੇ ਖੇਡਦਾ ਰਿਹਾ, ਇੱਕ ਮਿੰਟ ਵੀ ਨਹੀਂ ਸੁੱਤਾ। ਮੈਂ ਕਿਹਾ ਹੁਣ ਉਹਦੀ ਨੀਂਦ ਕਿਉਂ ਖਰਾਬ ਕਰਨੀ, ਤਾਂ ਕਰਕੇ ਉੱਪਰ ਉਹਨੂੰ ਪਾ ਕੇ ਫਿਰ ਮੈਂ ਤੁਹਾਡੇ ਕੋਲ ਆਈ। ਮਨ ਲੱਗ ਗਿਆ ਸੀ ਇਹਦਾ ਉੱਧਰ, ਸੱਟ ਪੇਟ ਤਾਂ ਨਹੀਂ ਲੱਗੀ? ਠੀਕ ਹੈ ਨਾ ਮੁੰਡਾ? ਦੀਦੀ ਤੁਸੀਂ ਇਹ ਸੋਚ ਕਿਉਂ ਬਣਾ ਕੇ ਰੱਖੀ ਹੋਈ ਹੈ ਵੀ ਮੈਂ ਜਿੱਥੇ ਵੀ ਉਹਨੂੰ ਨਾਲ ਜਾਊਂਗੀ ਉੱਥੇ ਉਹਨੂੰ ਸੱਟ ਪੇਟ ਹੀ ਲੱਗੂਗੀ? ਉੱਥੇ ਸਾ ਸਗੋਂ ਅੰਸ਼ੂ ਨੇ, ਮੰਮੀ ਨੇ, ਰੀਆ ਨੇ, ਅੱਜੂ ਨੇ, ਉਹਨਾਂ ਨੇ ਤਾਂ ਲੱਡੂ ਨੂੰ ਤਲੀਆਂ 'ਤੇ ਚੱਕ ਕੇ ਰੱਖਿਆ। ਦੇਖ ਜੈਸਮੀਨ, ਇੱਕ ਬੱਚਾ ਦੇਣ ਨਾਲ ਉਹ ਵੀ ਦੋਨੋਂ ਜਣੇ ਕਿੰਨਾ ਖੁਸ਼ ਨੇ ਅਤੇ ਉਹਦੇ ਪੇਕੇ ਵੀ ਖੁਸ਼ ਨੇ, ਅਤੇ ਦੇਖ ਲੈ ਭਰੀ ਝੋਲੀ ਆਪਣੇ ਪੇਕੇ ਗਈ ਹੈ। ਹਾਂਜੀ ਮੰਮੀ, ਮੈਂ ਜਦੋਂ ਗੇਟ ਵੜੀ ਨਾ ਮੰਮੀ ਤਾਂ ਬੜੇ ਇਮੋਸ਼ਨਲ ਹੋਏ ਦੇਖ ਕੇ। ਸੋਚਦੇ ਹੀ ਸੀਗੇ ਕਿ ਜਦੋਂ ਵੀ ਪਹਿਲਾਂ ਆਉਂਦੀ ਸੀ ਉਦੋਂ ਸੁੰਨੀ ਕੁੱਖ ਲੈ ਕੇ ਆਉਂਦੀ ਸੀ ਅਤੇ ਅੱਜ ਭਰੀ ਹੋਈ ਝੋਲੀ ਲੈ ਕੇ ਆਈ ਹੈ। ਮੰਮੀ ਰਾਧਿਕਾ, ਇਹੀ ਸੋਚ ਕੇ ਨਾ ਮੈਂ ਆਪਣੇ ਮਨ ਨੂੰ ਦਿਲਾਸਾ ਦੇ ਲੈਂਦੀ ਹਾਂ। ਜੇ ਤੂੰ ਖੁਸ਼ ਹੈ, ਤੇਰਾ ਪੇਕਾ ਪਰਿਵਾਰ ਖੁਸ਼ ਹੈ, ਤੁਸੀਂ ਸਾਰੇ ਖੁਸ਼ ਹੋ, ਮੈਨੂੰ ਹੋਰ ਕੀ ਚਾਹੀਦਾ? ਹਾਂਜੀ, ਤੁਹਾਡੇ ਸਾਰਿਆਂ ਦੀ ਖੁਸ਼ੀ ਨਾ ਮੇਰੇ ਵਾਸਤੇ ਬਹੁਤ ਮਾਇਨੇ ਰੱਖਦੀ ਹੈ, ਕਿਉਂਕਿ ਰਹਿਣਾ ਤਾਂ ਮੈਂ ਇਸੇ ਘਰ 'ਚ ਹੈ ਨਾ। ਹਾਂ ਪੁੱਤ, ਜਦੋਂ ਤੱਕ ਤੂੰ ਆਹ ਸੋਚ ਰੱਖੇਗੀ ਨਾ ਸਾਡੇ ਘਰ ਨੂੰ ਕੋਈ ਤੋੜ ਨਹੀਂ ਸਕਦਾ। ਉਹ ਦੀਦੀ, ਮੈਂ ਤਾਂ ਗੱਲਾਂ ਗੱਲਾਂ ਵਿੱਚ ਭੁੱਲ ਹੀ ਗਈ, ਤੁਹਾਡੀ ਰੱਖੜੀ ਕਿੱਦਾਂ ਗਈ ਅਤੇ ਸ਼ਗਨ ਕਿੰਨਾ ਮਿਲਿਆ ਫਿਰ ਭਰਾ ਕੋਲੋਂ? ਦੀਦੀ ਕੀ ਗੱਲ, ਤੁਸੀਂ ਮੰਮੀ ਵਾਲੀ ਦੇਖਣ ਲੱਗ ਗਏ? ਅੱਛਾ, ਮੰਮੀ ਨੂੰ ਦੱਸਿਆ ਹੋਊਗਾ ਵੀ ਕਿੰਨਾ ਸ਼ਗਨ ਮਿਲਿਆ, ਨਹੀਂ ਦੱਸਣਾ ਮੈਨੂੰ? ਚਲੋ ਭਾਈ, ਮਰਜ਼ੀ ਹੈ ਤੁਹਾਡੀ। ਚੱਲ ਕੋਈ ਨਾ, ਦੱਸ ਦਿੰਦੀ ਹਾਂ ਮੈਂ ਨਾ, ਪਹਿਲੇ ਲੱਡੂ ਨੂੰ ਮਿਲਣਾ ਵਾਂ। ਦੀਦੀ ਉਹਦਾ ਨਾ ਦੁੱਧ ਕੋਸਾ ਕਰਕੇ ਬੋਟਲ 'ਚ ਪਾ ਦਿਓ, ਮਾੜਾ ਜਿਹਾ ਹਿੱਲਿਆ ਨਾ ਉਹਨੂੰ ਦੁੱਧ ਦੇਣਾ ਹੁੰਦਾ। ਮੰਮੀ, ਅੱਜ ਜਦੋਂ ਮੈਂ ਜੈਸਮੀਨ ਦੀਦੀ ਕੋਲ ਰੱਖੜੀ ਬਾਰੇ ਪੁੱਛਿਆ ਕੁਛ ਤਾਂ ਘਬਰਾ ਜੀ ਗਏ, ਕੋਈ ਗੱਲ ਹੋਈ ਹੈ? ਠੀਕ ਆ ਨਾ ਸਭ ਕੁਛ? ਕਿੱਥੇ ਠੀਕ ਹੈ, ਜਦੋਂ ਦਾ ਲੱਡੂ ਤੁਹਾਡੀ ਝੋਲੀ 'ਚ ਪਾਇਆ ਹੈ ਨਾ ਇਹਦੇ ਪੇਕੇ ਤਾਂ ਨਖਰੇ ਜਿਹੇ ਮਾਰੀ ਜਾਂਦੇ ਪਏ ਨੇ। ਇਹਦੇ ਭਰਾ ਨੇ ਇਹਦੇ ਕੋਲੋਂ ਰੱਖੜੀ ਬਣਾਉਣ ਨੂੰ ਮਨਾ ਕਰਤਾ ਤਾਂ ਥੋੜ੍ਹੀ ਜਿਹੀ ਪਰੇਸ਼ਾਨ ਹੈ। ਪਰ ਮੰਮੀ, ਮਨਾ ਕਿਉਂ ਕਰਤਾ ਰੱਖੜੀ ਬਣਵਾਉਣ ਤੋਂ? ਲੱਡੂ ਕਰਕੇ? ਹੋਰ ਕੀ, ਬੜੇ ਚਾਵਾਂ ਨਾਲ ਨਾ ਆਪਣੇ ਭਰਾ ਨੂੰ ਰੱਖੜੀ ਬੰਨਣ ਗਈ ਸੀ, ਉਹਨੇ ਰੱਖੜੀ ਚੱਕ ਕੇ ਇਹਦੇ ਮੂੰਹ 'ਤੇ ਮਾਰੀ।
ਬਸ ਆ ਲੱਡੂ ਦੀ ਗੱਲ ਤੋਂ ਨਾ ਇਹਦਾ ਭਰਾ ਤੇ ਇਹਦੀ ਮਾਂ ਬੂਥਾ ਬਣਾਈ ਬੈਠੇ ਨੇ, ਵੀ ਤੁਹਾਨੂੰ ਕੀ ਲੈਣਾ, ਇਹ ਤਾਂ ਸਾਡੇ ਘਰ ਦਾ ਮਸਲਾ। ਮੰਮੀ ਹਾਏ, ਜੇ ਇਹ ਭੈਣ ਭਰਾ ਦੂਰ ਹੋ ਗਏ ਇੱਕ ਦੂਜੇ ਤੋਂ ਤੇ ਉਹਦਾ ਕਾਰਨ ਅਸੀਂ ਨਾ ਬਣ ਜਾਈਏ ਕਿਤੇ। ਹੁਣ ਸਾਨੂੰ ਥੋੜੀ ਪਤਾ ਸੀ ਵੀ ਜਵਾਕ ਝੋਲੀ ਪਾਉਣ ਨਾਲੋਂ ਇਹਦਾ ਭਰਾ ਦੇ ਨਾਲ ਰਿਸ਼ਤਾ ਹੀ ਤੋੜ ਲਏਗਾ। ਪਰ ਮੰਮੀ ਹੁਣ ਦੱਸੋ ਮੈਨੂੰ, ਹੁਣ ਕਰਨਾ ਕੀ ਹੈ? ਜੇ ਇਸ ਗੱਲ ਪਿੱਛੇ ਜੈਸਮੀਨ ਦੀਦੀ ਸਾਡੇ ਨਾਲ ਗੁੱਸੇ ਹੋ ਗਏ ਫਿਰ? ਹਾਲੇ ਤਾਂ ਨਾ ਉਹਨੂੰ ਕੁਛ ਨਾ ਕਹੋ, ਉਹਦੇ ਨਾ ਜ਼ਖਮ ਹਰੇ ਨੇ, ਆਪੇ ਹੌਲੀ ਹੌਲੀ ਸਭ ਠੀਕ ਹੋ ਜਾਏਗਾ। ਜੇ ਤੁਸੀਂ ਕਹੋ ਤਾਂ ਮੰਮੀ ਮੈਂ ਇੱਕ ਵਾਰੀ ਜੈਸਮੀਨ ਦੀ ਨਾਲ ਆਪ ਗੱਲ ਕਰਕੇ ਦੇਖਾਂ। ਹਾਲੇ ਨਾ ਕੋਈ ਗੱਲ ਕਰੀ, ਹਾਲੇ ਤੂੰ ਥੱਕੀ ਟੁੱਟੀ ਆਈ ਹੈ, ਜਾ ਕੇ ਕੱਪੜੇ ਬਦਲ ਲੈ ਅਤੇ ਚਾਹ ਚੂਹ ਬਣਾ ਲੈ। ਜੇ ਜੈਸਮੀਨ ਲੱਡੂ ਨਾਲ ਖੇਲਦੀ ਹੈ ਨਾ ਤਾਂ ਉਹਨੂੰ ਖੇਲੀ ਜਾਣ ਦੀ, ਉਹਦਾ ਮਨ ਨਾ ਕੁਛ ਹੋਰ ਹੋ ਜਾਏਗਾ। ਠੀਕ ਹੈ, ਕੋਈ ਗੱਲ ਨਹੀਂ। ਅਤੇ ਤੇਰੀ ਰੱਖੜੀ ਕਿੱਦਾਂ ਗਈ, ਬੰਨ ਲਈ ਰੱਖੜੀ? ਹਾਂਜੀ ਹਾਂਜੀ ਮੰਮੀ, ਮੈਂ ਤਾਂ ਅੱਜ ਨੂੰ ਰੱਖੜੀ ਬੰਨ੍ਹਤੀ ਸੀ, ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਅੰਸ਼ੂ ਨੇ ਲੱਡੂ ਨੂੰ ਰੱਖੜੀ ਬੰਨ੍ਹਤੀ ਸੀ ਅਤੇ ਉਹ ਖੁਸ਼ ਵੀ ਬਹੁਤ ਸੀ। ਚੱਲ ਚੰਗਾ ਕੀਤਾ, ਉਹਦਾ ਵੀ ਨਾ ਕੋਈ ਭਰਾ ਨਹੀਂ ਸੀਗਾ, ਉਹ ਲੱਡੂ ਨੂੰ ਰੱਖੜੀ ਬੰਨ੍ਹ ਕੇ ਖੁਸ਼ ਹੋ ਗਈ ਹੋਣੀ ਹੈ। ਅਤੇ ਤੂੰ ਵੀ ਆਪਣੀ ਭਰਜਾਈ ਨਾਲ ਗੱਲ ਕਰਨੀ ਸੀਗੀ ਵੀ ਹੁਣ ਤਾਂ ਕੁੜੀ ਵੱਡੀ ਹੋ ਗਈ ਹੈ, ਹੋਰ ਜਵਾਕ ਦੀ ਤਿਆਰੀ ਕਰ ਲਓ। ਚਲੋ ਠੀਕ ਹੈ ਮੰਮੀ, ਮੈਂ ਕਰੂੰਗੀ ਗੱਲ ਇੱਕ ਵਾਰ ਤਾਂ। ਹੁਣ ਮੈਂ ਨਾ ਤੁਹਾਡੇ ਲਈ ਚਾਹ ਬਣਾ ਦਿੰਦੀ। ਅੱਜ ਤੈਨੂੰ ਮੇਰੀ ਕਿੱਥੋਂ ਯਾਦ ਆ ਗਈ? ਉੱਦਾਂ ਤਾਂ ਤੇਰੇ ਨਾਲ ਰਿਸ਼ਤੇਦਾਰੀ ਆ, ਪਰ ਮਾਂ ਤਾਂ ਤੇਰੀ ਮੇਰੇ ਨਾਲ ਲੜੀ ਹੋਈ ਆ। ਮੰਮਾ ਲੜੇ ਨਾ ਤੁਹਾਡੇ ਨਾਲ, ਮੈਂ ਥੋੜੇ ਲੜੇ ਆ, ਮੈਂ ਤਾਂ ਤੁਹਾਨੂੰ ਮਿਲਣ ਆ ਹੀ ਸਕਦੀ ਹਾਂ ਨਾ। ਜੇ ਅੱਜ ਤੂੰ ਮੈਨੂੰ ਮਿਲਣ ਆਈ ਆ ਤਾਂ ਇਹਦਾ ਮਤਲਬ ਤੂੰ ਕਿਸੇ ਮੁਸੀਬਤ 'ਚ ਫਸੀ ਹੋਈ ਆ, ਉੱਦਾਂ ਤਾਂ ਤੂੰ 2 ਸਾਲ ਮੈਨੂੰ ਮਿਲਣ ਨਹੀਂ ਆਈ ਕਦੇ ਵੀ। ਜੋ ਸਮਝਣਾ ਦੀਦੀ ਤੁਸੀਂ ਸਮਝ ਲਓ, ਗੱਲ ਤਾਂ ਤੁਹਾਡੀ ਸਹੀ ਆ, ਫਸੀ ਤਾਂ ਮੈਂ ਮੁਸੀਬਤ 'ਚ ਹੀ ਹੋਈ ਹਾਂ। ਅੱਛਾ, ਦੱਸ ਫਿਰ ਕੀ ਗੱਲ ਹੋਈ ਆ ਮੰਮੀ ਦੇ ਨਾਲ? ਨਹੀਂ ਦੀਦੀ, ਮੰਮੀ ਨਾਲ ਤਾਂ ਕੋਈ ਗੱਲ ਨਹੀਂ ਹੋਈ, ਜਿੱਥੇ ਮੈਂ ਕੰਮ ਕਰਦੀ ਸੀ ਨਾ ਉੱਥੇ ਨਾ ਮੇਰੀ ਕਿਸੇ ਮੁੰਡੇ ਨਾਲ ਗੱਲ ਹੋ ਗਈ ਅਤੇ ਹੁਣ ਉਹ ਮੇਰੇ ਨਾਲ ਵਿਆਹ ਨਹੀਂ ਕਰਾਉਂਦਾ ਪਿਆ। ਅੱਛਾ, ਕਿੰਨੇ ਟਾਈਮ ਤੋਂ ਗੱਲ ਕਰਦੀ ਪਈ ਆ ਤੂੰ ਉਹਦੇ ਨਾਲ? ਦੀਦੀ ਜ਼ਿਆਦਾ ਟਾਈਮ ਤਾਂ ਨਹੀਂ ਹੋਇਆ, 6 ਕੁ ਮਹੀਨੇ ਹੋਏ ਆ। ਪਹਿਲਾਂ ਉਹ ਕਹਿੰਦਾ ਸੀ ਮੈਂ ਵਿਆਹ ਕਰਾਉਣਾ, ਹੁਣ ਉਹ ਕਰਾਉਂਦਾ ਨਹੀਂ ਪਿਆ। ਮੈਂ ਤੁਹਾਡੇ ਕੋਲੋਂ ਤਾਂ ਕਰਕੇ ਆਈ ਹਾਂ ਕਿ ਤੁਸੀਂ ਮੇਰੇ ਨਾਲ ਚੱਲੋ ਅਤੇ ਉਹ ਮੁੰਡੇ ਨਾਲ ਗੱਲ ਕਰੋ ਜਾ ਕੇ। ਵੈਸੇ ਬੇਟਾ ਗੱਲ ਤਾਂ ਤੇਰੀ ਬਹੁਤ ਗਲਤ ਆ, ਜੇ ਘਰੋਂ ਕੰਮ ਕਰਨ ਜਾਂਦੇ ਹੋ ਤਾਂ ਕੰਮ ਹੀ ਕਰੀਦਾ ਹੁੰਦਾ ਆ ਨਾ। ਚੱਲ ਛੱਡ, ਤੂੰ ਮੈਨੂੰ ਮੁੰਡੇ ਦੀ ਫੋਟੋ ਦਿਖਾ ਕਿਹੜਾ ਮੁੰਡਾ ਆ। ਇਹ ਤਾਂ ਅੱਜੂ ਆ। ਦੀਦੀ ਇਹਦਾ ਨਾਮ ਅੱਜੂ ਹੀ ਆ, ਜਾਣਦੇ ਹੋ ਤੁਸੀਂ ਇਹਨੂੰ? ਜੇ ਜਾਣਦੇ ਹੋ ਫਿਰ ਤਾਂ ਤੁਹਾਡੀ ਗੱਲ ਮੰਨ ਹੀ ਲਏਗਾ ਇਹ। ਪਹਿਲਾਂ ਤਾਂ ਤੇਰੇ 2 ਕੰਨਾਂ ਤੇ ਸੁੱਟਾਂ, ਫਿਰ ਤੇਰੇ ਨਾਲ ਗੱਲ ਕਰਾਂ। ਤੈਨੂੰ ਪਤਾ ਇਹ ਵਿਆਹਿਆ ਵਰਿਆ ਤੇ ਇਹਦੇ ਇੱਕ ਜਵਾਕ ਵੀ ਆ ਨਾ। ਤੈਨੂੰ ਪੂਰੀ ਦੁਨੀਆ ਦੇ ਵਿੱਚ ਇਹੀ ਮਿਲਿਆ ਸੀ ਵਿਆਹਿਆ ਵਰਿਆ? ਦੀਦੀ ਤੁਸੀਂ ਝੂਠ ਬੋਲ ਰਹੇ ਹੋ, ਤੁਹਾਨੂੰ ਕੋਈ ਭੁਲੇਖਾ ਲੱਗਿਆ ਹੋਣਾ। ਅੱਜੂ ਮੈਨੂੰ ਧੋਖਾ ਨਹੀਂ ਦੇ ਸਕਦਾ, ਉਹ ਕੁਆਰਾ ਹੀ ਆ, ਵਿਆਹਿਆ ਹੋਇਆ ਨਹੀਂ ਹੈਗਾ ਉਹ। ਦੀਦੀ ਜੇ ਉਹ ਵਿਆਹਿਆ ਵਰਿਆ ਹੁੰਦਾ ਤਾਂ ਮੈਨੂੰ ਦੱਸ ਹੀ ਸਕਦਾ ਸੀ ਉਹ ਮੇਰੇ ਨਾਲ ਝੂਠ ਕਿਉਂ ਬੋਲਦਾ, ਉਹ ਮੇਰੇ ਨਾਲ ਦੋਸਤੀ ਹੀ ਕਿਉਂ ਕਰਦਾ। ਉਹ 7-8 ਸਾਲਾਂ ਦੀ ਉਹਦੀ ਕੁੜੀ ਆ, ਜੇ ਤੈਨੂੰ ਬਾਹਲਾ ਸ਼ੱਕ ਆ ਨਾ, ਚੱਲ ਮੇਰੇ ਨਾਲ ਦਿਖਾ ਲਿਆਨੀ ਆ ਤੈਨੂੰ ਉਹਦੇ ਘਰੇ ਸਾਰਾ ਕੁਛ। ਦੀਦੀ ਖਾਓ ਮੇਰੇ ਸਿਰ ਦੀ ਕਸਮ, ਤੁਸੀਂ ਸੱਚ ਬੋਲਦੇ ਪਏ ਆ, ਕਿਤੇ ਝੂਠ ਤਾਂ ਨਹੀਂ ਬੋਲਦੇ ਪਏ ਤਾਂ ਕਿ ਮੈਂ ਉਹਦੇ ਤੋਂ ਮੂਵ ਔਨ ਕਰ ਜਾਵਾਂ? ਤੈਨੂੰ ਰਾਜੇ ਇਹਨਾਂ ਦੀਆਂ ਚਲਾਕੀਆਂ ਦਾ ਨਹੀਂ ਪਤਾ, ਇਹ ਘਰੋਂ ਤੰਗ ਹੋ ਕੇ ਤੇ ਬਾਹਰ ਮੂੰਹ ਮਾਰਦੇ ਨੇ। ਇਹਨਾਂ ਨੂੰ ਲੱਗਦਾ ਕਿ ਇਹ ਚੀਜ਼ਾਂ ਲੁੱਕ ਜਾਣਗੀਆਂ, ਪਰ ਇਹਨੂੰ ਇੰਨੀ ਸ਼ਰਮ ਨਹੀਂ ਆ ਕਿ ਇਹਦੇ ਘਰੇ ਵੀ ਧੀ ਹੈਗੀ ਆ। ਦੀਦੀ ਹੁਣ ਮੈਂ ਕੀ ਕਰਾਂ, ਮੈਂ ਤਾਂ ਵਿਆਹ ਹੀ ਇਹਦੇ ਨਾਲ ਕਰਾਉਣਾ ਵਾ। ਤੂੰ ਪਾਗਲ ਹੋਈ ਆ, ਵਿਆਹੀ ਵਰੇ ਦੇ ਨਾਲ ਕਿੱਦਾਂ ਵਿਆਹ ਕਰਾ ਲੇਂਗੀ? ਮੈਂ ਤਾਂ ਇਹਦੀ ਸਾਰੀ ਕੁੰਡਲੀ ਖੋਲ੍ਹ ਕੇ ਰੱਖ ਦੇਵਾਂ, ਮੈਂ ਇਹਦੇ ਬਾਰੇ ਕੀ ਨਹੀਂ ਜਾਣਦੀ। ਤੁਸੀਂ ਐਡੇ ਸ਼ੋਰਟੀ ਨਾਲ ਕਿਵੇਂ ਇਹਦੇ ਬਾਰੇ ਸਭ ਕੁਝ ਜਾਣਦੇ ਹੋ? ਇਹ ਮੇਰੀ ਸਹੇਲੀ ਦੀ ਦਰਾਣੀ ਦਾ ਭਰਾ ਆ, ਜੇ ਤੂੰ ਕਹੇ ਤਾਂ ਮੈਂ ਆਪਣੀ ਸਹੇਲੀ ਨੂੰ ਹੁਣੇ ਫੋਨ ਕਰਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਸਕਦੀ ਹਾਂ। ਤੂੰ ਰੱਬ ਦਾ ਸ਼ੁਕਰ ਕਰ ਕਿ ਤੂੰ ਇਹਦੇ ਲਾਰਿਆਂ ਦੇ ਵਿੱਚ ਫਸੀ ਨਹੀਂ। ਨਾਲੇ ਪੁੱਤ ਵਿਆਹ ਉੱਥੇ ਕਰਾਈਦਾ ਜਿੱਥੇ ਮਾਂ ਪਿਓ ਰਾਜ਼ੀ ਹੋਣ,
ਤੂੰ ਮੈਨੂੰ ਇੱਕ ਗੱਲ ਖੁੱਲ੍ਹ ਕੇ ਦੱਸ ਕਿ ਤੂੰ ਇਹਦੇ ਨਾਲ ਕੁਛ ਇੱਦਾਂ ਦਾ ਗਲਤ ਤਾਂ ਨਹੀਂ ਕੀਤਾ ਕਿ ਜਿਹਦੇ ਨਾਲ ਤੂੰ ਵਿਆਹ ਦਾ ਜ਼ੋਰ ਪਾ ਰਹੀ ਹੈ ਇਹਦੇ 'ਤੇ? ਦੀਦੀ ਮੈਨੂੰ ਮੰਮੀ ਡੈਡੀ ਦੀ ਸੌਂ ਲੱਗੇ, ਐਡਮੀ ਕੋ ਤਾਂ ਸਮਝ ਮੈਨੂੰ ਵੀ ਹੈਗੀ ਆ, ਮੈਂ ਇੱਦਾਂ ਦਾ ਕੁਛ ਵੀ ਗਲਤ ਨਹੀਂ ਕੀਤਾ ਉਹਦੇ ਨਾਲ। ਚੱਲ ਸ਼ੁਕਰ ਆ, ਤੂੰ ਇੱਦਾਂ ਕਰ, ਇਹਨੂੰ ਭੁੱਲ ਜਾ, ਅਤੇ ਜੇ ਤੈਨੂੰ ਬਾਹਲੀ ਕਾਹਲੀ ਹੈ ਨਾ ਵਿਆਹ ਦੀ, ਤਾਂ ਆਪਣੇ ਮਾਂ ਪਿਓ ਨਾਲ ਗੱਲ ਕਰ, ਤੇਰੇ ਲਈ ਮੁੰਡਾ ਲੱਭਣ। ਨਹੀਂ ਦੀਦੀ, ਹੁਣ ਮੈਂ ਵਿਆਹ ਨਹੀਂ ਕਰਾਉਣਾ, ਕੰਮ ਕਰਨਾ, ਕੰਮ ਕਰਕੇ ਪੈਸੇ ਕਮਾਊਂਗੀ ਅਤੇ ਪੈਸੇ ਕਮਾ ਕੇ ਆਪਣੇ ਘਰਦਿਆਂ ਦਾ ਸਾਥ ਦੇਵਾਂਗੀ। ਇੱਕ ਗੱਲ ਹਮੇਸ਼ਾ ਜ਼ਿੰਦਗੀ 'ਚ ਯਾਦ ਰੱਖੀ, ਕੋਈ ਵੀ ਮਾਂ ਪਿਓ ਆਪਣੀ ਧੀਆਂ ਨੂੰ ਕੰਮ ਕਰਨ ਲਈ ਇੱਦਾਂ ਹੀ ਨਹੀਂ ਤੋਰਦੇ, ਕਿਸੇ ਮਜਬੂਰੀ ਕਾਰਨ ਹੀ ਭੇਜਦੇ ਆ, ਅਤੇ ਕੰਮ 'ਤੇ ਜਾ ਕੇ ਇੱਦਾਂ ਦੇ ਕੰਮ ਨਹੀਂ ਕਰੀਦੇ ਹੁੰਦੇ। ਜਾ ਹੁਣ ਘਰੇ ਜਾ, ਮੰਮੀ ਡੈਡੀ ਵੇਟ ਕਰਦੇ ਹੋਣੇ, ਅਤੇ ਅੱਗੇ ਤੋਂ ਮੈਨੂੰ ਇੱਦਾਂ ਦਾ ਲਾਂਭਾ ਨਹੀਂ ਚਾਹੀਦਾ। ਇਹ ਇਸ਼ਕ ਲੜਾਉਂਦਾ ਫਿਰਦਾ ਨਾ, ਇਹਨੂੰ ਦਿਨ 'ਚ ਤਾਰੇ ਮੈਂ ਦਿਖਾਉਂਦੀ ਹਾਂ, ਹਰਦੀਪ ਨੂੰ ਫੋਨ ਲਾਉਂਦੀ ਹਾਂ ਮੈਂ। ਲੱਡੂ, ਤੂੰ ਪੁੱਤ ਕਿਤੇ ਵੀ ਜਾਣਾ ਨਾ, ਤੇ ਇੱਕ ਦਿਨ 'ਚ ਮੋੜ ਆਇਆ ਕਰ, ਤੇਰੇ ਬਗੈਰ ਮੇਰਾ ਦਿਲ ਨਹੀਂ ਲੱਗਦਾ। ਬੇਸ਼ੱਕ ਮਾਂ ਤੋਂ ਮੈਂ ਤੇਰੀ ਤਾਈ ਬਣ ਗਈ ਹਾਂ, ਪਰ ਆਂਦਰਾਂ ਤਾਂ ਮੇਰੀਆਂ ਹਲੇ ਵੀ ਤੇਰੇ ਨਾਲ ਜੁੜੀਆਂ ਹੋਈਆਂ ਨਾ। ਕਿੱਦਾਂ ਦੀਦੀ, ਉੱਠਿਆ ਤਾਂ ਨਹੀਂ, ਤੰਗ ਤਾਂ ਨਹੀਂ ਕਰਦਾ ਪਿਆ? ਹਾਂ ਹਾਂ ਰਾਧਿਕਾ, ਸੁੱਤਾ ਪਿਆ, ਮੈਨੂੰ ਲੱਗਦਾ ਜ਼ਿਆਦਾ ਹੀ ਥੱਕ ਗਿਆ ਵੇ। ਆ ਜਾ, ਆਪਾਂ ਬਾਹਰ ਖੜ੍ਹ ਕੇ ਗੱਲਾਂ ਕਰਦੇ, ਐਵੇਂ ਉੱਠ ਹੀ ਨਾ ਜਾਵੇ। ਜੈਸਮੀਨ ਦੀਦੀ, ਮੰਮੀ ਨੇ ਨਾ ਮੈਨੂੰ ਸਾਰਾ ਕੁਛ ਦੱਸਿਆ, ਤੁਹਾਨੂੰ ਕਿਤੇ ਤੁਹਾਡੇ ਮਨ 'ਚ ਡਰ ਤਾਂ ਨਹੀਂ ਵੀ ਤੁਸੀਂ ਸਾਡੇ ਕਰਕੇ ਆਪਣੇ ਪੇਕਿਆਂ ਤੋਂ ਦੂਰ ਨਾ ਹੋ ਜਾਓ? ਰਾਧਿਕਾ, ਇਸ ਗੱਲ ਦਾ ਮੈਨੂੰ ਤਾਂ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਕਿ ਇਸ ਵਾਰ ਦੀ ਰੱਖੜੀ ਮੇਰੀ ਬੜੀ ਬੇਕਾਰ ਗਈ। ਦੀਦੀ, ਜਿਹੜਾ ਤੁਸੀਂ ਸਾਡੇ ਉੱਤੇ ਇੰਨਾ ਵੱਡਾ ਅਹਿਸਾਨ ਕੀਤਾ, ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਉਸੇ ਅਹਿਸਾਨ ਦੀ ਤੁਹਾਨੂੰ ਸਜ਼ਾ ਮਿਲਦੀ ਪਈ ਹੈ? ਹਾਂ, ਕਿਤੇ ਨਾ ਕਿਤੇ ਮੇਰਾ ਅਹਿਸਾਨ ਮੇਰੇ 'ਤੇ ਹੀ ਭਾਰੀ ਪੈ ਗਿਆ। ਰੱਖੜੀ ਵਾਲੇ ਦਿਨ ਮੈਨੂੰ ਆਪਣੇ ਪੇਕਿਓ ਖਾਲੀ ਆਉਣਾ ਪਿਆ। ਦੀਦੀ, ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਜਿੱਦਾਂ ਤੁਸੀਂ ਪਹਿਲਾਂ ਆਪਣੇ ਪੇਕਿਆਂ ਨਾਲ ਵਰਤਦੇ ਸੀ, ਹੁਣ ਵੀ ਉੱਦਾਂ ਹੀ ਵਰਤੋ, ਕਿਤੇ ਸਾਡੇ ਪਿੱਛੇ ਉਹਨਾਂ ਨਾਲ ਆਪਣਾ ਰਿਸ਼ਤਾ ਨਾ ਖਰਾਬ ਕਰਿਓ। ਅਤੇ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਉਹਨਾਂ ਨਾਲ ਜਾ ਕੇ ਗੱਲ ਵੀ ਕਰ ਸਕਦੀ ਹਾਂ, ਪਰ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਸਾਡੇ ਕੋਲੋਂ ਲੱਡੂ ਨਾ ਵਾਪਸ ਲਈਓ। ਰਾਧਿਕਾ, ਮੇਰੀ ਜਗ੍ਹਾ ਨਾ ਆਪਣੇ ਆਪ ਨੂੰ ਰੱਖ ਕੇ ਵੇਖ, ਤੂੰ ਕੀ ਕਰੇਂਗੀ ਉਸ ਟਾਈਮ? ਨਾ ਨਾ ਦੀਦੀ, ਇੱਦਾਂ ਨਾ ਕਹੋ, ਤੁਹਾਡੀ ਜਗ੍ਹਾ ਮੈਂ ਆਪਣੇ ਆਪ ਨੂੰ ਤਾਂ ਰੱਖ ਹੀ ਨਹੀਂ ਸਕਦੀ, ਜਿੰਨਾ ਜਿਗਰਾ ਤੁਸੀਂ ਕੱਢ ਲਿਆ ਨਾ ਉਹਨਾਂ ਤਾਂ ਕੋਈ ਕਰ ਵੀ ਨਹੀਂ ਸਕਦਾ। ਰਾਧਿਕਾ, ਮੈਨੂੰ ਤਾਂ ਇਹ ਚੀਜ਼ ਸਮਝ ਨਹੀਂ ਆ ਰਹੀ ਕਿ ਮੈਂ ਕਰਨਾ ਕੀ ਹੈ, ਮੈਂ ਤਾਂ ਚਾਰੋਂ ਪਾਸੇ ਘਿਰੀ ਪਈ ਹਾਂ, ਨਾ ਮੈਂ ਘਰ ਵਾਲੇ ਦੇ ਖਿਲਾਫ਼ ਜਾ ਸਕਦੀ ਹਾਂ, ਨਾ ਮੈਂ ਪੇਕਿਆਂ ਦੇ। ਹਾਂਜੀ ਦੀਦੀ, ਹਾਲੇ ਤਾਂ ਸਿਰਫ 2.5 ਮਹੀਨੇ ਹੋਏ ਇਸ ਗੱਲ ਨੂੰ, ਇਸ ਚੀਜ਼ ਨੂੰ ਸਮਝਣ ਵਾਸਤੇ ਤਾਂ ਸਭ ਨੂੰ ਟਾਈਮ ਲੱਗੂਗਾ। ਕੋਈ ਨਾ ਰਾਧਿਕਾ, ਹੁਣ ਤੂੰ ਨੀਚੇ ਜਾ, ਕਿਤੇ ਲੱਡੂ ਉੱਠ ਨਾ ਜਾਏ। ਰੱਖੜੀ ਵਾਲੇ ਦਿਨ ਮੇਰੇ ਭਰਾ ਨੇ ਮੇਰੇ ਮੂੰਹ 'ਤੇ ਰੱਖੜੀ ਮਾਰ ਕੇ ਮੇਰਾ ਦਿਨ ਤਿਉਹਾਰ 'ਤੇ ਖਰਾਬ ਕਰਤਾ, ਪਰ ਇਹ ਦੁੱਖ ਮੈਂ ਇਕੱਲੀ ਹੁਣ ਆਵਾਂਗੀ, ਮੈਂ ਕਿਹਨੂੰ ਦੱਸਾਂ ਹੁਣ? ਆ ਜਾ ਭੈਣ, ਇੰਨਾ ਟਾਈਮ ਲਾਈ ਜਾਂਦੀ ਆ, ਜਦੋਂ ਕਿਸੇ ਦੀਆਂ ਚੁਗਲੀਆਂ ਕਰਨੀਆਂ ਹੁੰਦੀਆਂ ਉਦੋਂ ਆ ਭੱਜੀ ਜਾਂਦੀ ਆ, ਆ ਜਾਂਦੀ ਨਹੀਂ ਪਈ ਹੈਗੀ। ਹਾਂ, ਤੈਂ ਮੈਨੂੰ ਇੰਨੀ ਕਾਹਲੀ ਕਾਹਲੀ 'ਚ ਬੁਲਾਇਆ, ਸਭ ਕੁਛ ਠੀਕ ਆ? ਜੇ ਠੀਕ ਹੁੰਦਾ ਤਾਂ ਤੈਨੂੰ ਇੱਥੇ ਬੁਲਾਉਂਦੀ ਕਿਉਂ? ਮੂੰਹ 'ਤੇ ਬੜੀ ਵੱਡੀ ਟੈਨਸ਼ਨ ਰੱਖੀ ਹੋਈ ਆ, ਕੀ ਗੱਲ ਹੋਈ ਆ? ਲੱਗਦਾ ਕੋਈ ਆਂਢ ਗੁਆਂਢ ਵੱਡਾ ਹੀ ਕਾਂਡ ਹੋਇਆਗਾ, ਲੱਗਦਾ ਦੱਸੇਂਗੀ ਤਾਂ ਫਿਰ ਹੀ ਠੀਕ ਹੋਣਾ ਮੂਡ ਤੇਰਾ। ਕਾਂਡ ਤਾਂ ਤੇਰੀ ਦਰਾਣੀ ਦਾ ਭਰਾ ਕਰ ਗਿਆ, ਅੱਧਾ ਕੁ ਮੈਂ ਸਾਂਭ ਲਿਆ ਅਤੇ ਅੱਧਾ ਕੁ ਹੁਣ ਤੂੰ ਸੰਭਾਲ। ਮੇਰੀ ਦਰਾਣੀ ਦਾ ਭਰਾ ਰਾਧਿਕਾ? ਅੱਛਾ, ਉਹਨੇ ਕੀ ਕਰਤਾ? ਨਾਲੇ ਉਹਦਾ ਅਤੇ ਤੇਰਾ ਕੀ ਮੇਲ?
ਮੇਰੀ ਨਾ ਇੱਕ ਮੂੰਹ ਬੋਲੀ ਮਾਸੀ ਬਣੀ ਹੋਈ ਆ। ਉਹ ਤਾਂ ਉਹ ਮੇਰਾ ਬਹੁਤ ਜ਼ਿਆਦਾ ਕਰਦੀ ਸੀ। ਉਹਦੀ ਕੁੜੀ ਦੇ ਨਾਲ ਰਾਧਿਕਾ ਦੇ ਭਰਾ ਦਾ ਚੱਕਰ ਚੱਲਦਾ। ਅੱਛਾ, ਉਹ ਸਾਨੀਆ ਜਿਹੜੀ ਤੇਰੇ ਘਰੇ ਵੀ ਕਦੇ ਕਦਾਈ ਆਉਂਦੀ ਹੁੰਦੀ ਸੀਗੀ, ਉਹਦਾ ਚੱਕਰ? ਆਹੋ, ਐਵੇਂ ਭੋਲੀ ਭਾਲੀ ਕੁੜੀ ਨੂੰ ਆਪਣੇ ਜਾਲ 'ਚ ਫਸਾਉਣ ਨੂੰ ਫਿਰਦਾ ਸੀ। ਤੂੰ ਬੋਲੀ ਕੀ ਜਾਂਦੀ ਹੈ, ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਹੈਗੀ। ਉਹ ਤਾਂ ਵਿਆਹ ਆ ਵਰਿਆ, ਇੱਕ ਬੱਚੇ ਦਾ ਉਹ ਪਿਓ ਅਤੇ ਉਹ ਕੁੜੀ ਕੁਆਰੀ, ਅਤੇ ਉਹਨਾਂ ਦਾ ਚੱਕਰ ਕਿੱਦਾਂ ਪੈ ਗਿਆ? ਅੱਜ ਤੱਕ ਮੈਂ ਤੈਨੂੰ ਕੋਈ ਗੱਲ ਝੂਠੀ ਕਹੀ ਹੈ? ਥੋੜ੍ਹੀ ਦੇਰ ਪਹਿਲਾਂ ਹੀ ਉਹ ਕੁੜੀ ਮੇਰੇ ਕੋਲ ਆਪਣੇ ਸਾਰੇ ਦੁੱਕੜੇ ਰੋਕ ਗਈ ਹੈ। ਇਹ ਗੱਲ ਚੰਗੀ ਥੋੜ੍ਹੀ ਹੈ, ਵਿਆਹਿਆ ਵਰਿਆ ਮੁੰਡਾ ਕੁਆਰੀ ਕੁੜੀ ਨਾਲ ਚੱਕਰ ਚਲਾਵੇ? ਜੇ ਤੇਰੀ ਗੱਲ ਸੱਚੀ ਹੈ ਨਾ, ਫਿਰ ਤਾਂ ਉਹਨਾਂ ਵਾਸਤੇ ਬਹੁਤ ਵੱਡੀ ਗਲਤ ਗੱਲ ਆ। ਦੁਨੀਆਂ ਦਾ ਵੀ ਨਾ ਸਰੀ ਪਿਆ, ਇਹਨਾਂ ਨੇ ਤਾਂ ਨਾ ਬਸ਼ਰਮੀ ਦੀ ਹੱਦ ਪਾਰ ਕਰੀ ਹੋਈ ਹੈ। ਜਦੋਂ ਉਹਨੇ ਮੈਨੂੰ ਅੱਜੂ ਦੀ ਫੋਟੋ ਦਿਖਾਈ, ਮੇਰੇ ਤਾਂ ਪੈਰਾਂ ਥੱਲੋਂ ਜ਼ਮੀਨ ਹੀ ਨਿਕਲ ਗਈ। ਫਿਰ ਮੈਂ ਫੋਟੋ ਨੂੰ ਧਿਆਨ ਨਾਲ ਦੇਖਿਆ, ਫਿਰ ਮੈਨੂੰ ਯਾਦ ਆਇਆ ਕਿ ਇਹਨੂੰ ਤਾਂ ਮੈਂ ਤੇਰੀ ਦਰਾਣੀ ਦੇ ਘਰੇ ਦੇਖਿਆ। ਫੋਟੋ ਦਿਖਾਈ ਸੀਗੀ ਉਹਨੇ? ਸੱਚੀ ਦੱਸ, ਮੈਨੂੰ ਵੀ ਦਿਖਾ ਫੋਟੋ, ਦੇਖਾਂ ਮੈਂ। ਅੱਜੂ ਹੀ ਆ ਨਾ, ਹੋਰ ਤਾਂ ਨਹੀਂ ਕਿਤੇ ਕੋਈ? ਕੋਈ ਅੱਜੂ ਹੀ ਸੀ। ਜਦੋਂ ਉਹਨੇ ਮੈਨੂੰ ਫੋਟੋ ਦਿਖਾਈ, ਮੈਂ ਤਾਂ ਉਹਨੂੰ ਝੱਟ ਪਹਿਚਾਣ ਲਿਆ। ਨਾਲੇ ਮੇਰੇ ਕਿਹੜਾ ਅੱਖਾਂ ਦੇ ਵਿੱਚ ਚਿੱਟਾ ਮੋਤੀਆ ਉਤਰਿਆ ਜਿਹੜਾ ਮੈਂ ਉਹਨੂੰ ਪਹਿਚਾਣੂੰਗੀ ਨਹੀਂ। ਚੱਲ ਫਿਰ ਹੁਣ ਤੂੰ ਮੈਨੂੰ ਇਹ ਦੱਸ, ਮਸਾਲਾ ਕਿੱਧਰ ਲਾਈਏ? ਸਿੱਧਾ ਜੈਸਮੀਨ ਕੋਲ ਜਾਵਾਂ, ਰਾਧਿਕਾ ਕੋਲ ਜਾਵਾਂ, ਜਾਂ ਮੈਂ ਚਾਚੀ ਕੋਲ ਜਾਵਾਂ? ਮੈਨੂੰ ਨਹੀਂ ਪਤਾ, ਚਾਹੇ ਲਾ ਤੂੰ ਮਸਾਲੇ ਅਤੇ ਚਾਹੇ ਲਾ ਤੂੰ ਤੜਕੇ। ਰਾਧਿਕਾ ਨੂੰ ਸਿੱਧਾ ਜਾ ਕੇ ਇੱਕ ਗੱਲ ਕਹਿ ਦੇ ਕਿ ਆਪਣੇ ਭਰਾ ਨੂੰ ਸਮਝਾ ਲਵੇ, ਹੁਣ ਮੇਰੀ ਭੈਣ ਤੋਂ ਦੂਰ ਰਹੇ। ਵੈਸੇ ਤੂੰ ਕੁੜੀ ਨੂੰ ਪੁੱਛ ਲਿਆ ਸੀਗਾ, ਇਹਨਾਂ 'ਚ ਕੋਈ ਗਲਤ ਤਾਂ ਨਹੀਂ ਹੋਇਆ? ਕਿਤੇ ਹੋਰ ਕੁੜੀ ਮੂੰਹ ਦਿਖਾਉਣ ਜੋਗਰੀ ਨਾ ਰਹੇ? ਨਹੀਂ ਨਹੀਂ, ਕਲੋਸ ਲਿਆ ਸੀ ਮੈਂ। ਉਹਨੇ ਮੈਨੂੰ ਸਾਫ਼ ਹੀ ਦੱਸ ਦਿੱਤਾ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਮੈਂ ਐਡੀ ਬੇਵਕੂਫ ਨਹੀਂ ਹੈਗੀ। ਬੇਵਕੂਫ ਤਾਂ ਨਾ ਇਹ ਅੱਜੂ ਆ, ਇੱਕ ਧੀ ਦਾ ਪਿਓ ਹੋ ਕੇ ਇਹ ਬਾਹਰ ਖੇਹ ਖਾਂਦਾ ਫਿਰਦਾ, ਕੋਈ ਚੰਗੀ ਗੱਲ ਇਹਦੇ ਵਾਸਤੇ? ਇਹ ਤਾਂ ਗੱਲ ਹੈ, ਲੋਕਾਂ ਨੇ ਅੱਜ ਕੱਲ੍ਹ ਬੇਸ਼ਰਮੀ ਦੀਆਂ ਹੱਦਾਂ ਹੀ ਪਾਰ ਕੀਤੀਆਂ ਹੋਈਆਂ। ਮੈਂ ਤਾਂ ਤੇਰਾ ਲਿਹਾਜ਼ ਕਰ ਗਈ, ਨਹੀਂ ਤਾਂ ਮੈਂ ਰਾਧਿਕਾ ਕੋਲ ਜਾ ਕੇ ਨਾਲੇ ਤਾਂ ਉਹਦਾ ਜਲੂਸ ਕੱਢਣਾ ਸੀ ਅਤੇ ਨਾਲੇ ਉਹਦੇ ਭਰਾ ਦਾ ਕੱਢਣਾ ਸੀ। ਉਹ ਚੱਲ ਕੋਈ ਗੱਲ ਨਹੀਂ, ਤੂੰ ਠੰਡੀ ਹੋ, ਮੈਂ ਜਾ ਕੇ ਨਾ ਰਾਧਿਕਾ ਕੋਲ ਗੱਲ ਕਰਦੀ ਹੈਗੀ, ਵੀ ਆਪਦੇ ਭਰਾ ਨੂੰ ਸਮਝਾ, ਐਵੇਂ ਬਾਹਰ ਖੇਹ ਖਾਂਦਾ ਫਿਰਦਾ, ਤੁਹਾਡੇ ਸਿਰ 'ਤੇ ਨਾ ਬਦਨਾਮੀ ਦਾ ਦਾਗ ਲਗਾਊਗਾ। ਮੈਂ ਕਹਿੰਦੀ ਤੂੰ ਰਾਧਿਕਾ ਨੂੰ ਛੱਡ, ਆਪਾਂ ਸਿੱਧਾ ਚੱਲਦੇ ਹਾਂ ਅੱਜੂ ਦੇ ਘਰ, ਉਹਦੀ ਜਨਾਨੀ ਨੂੰ ਸਾਰੀ ਗੱਲ ਦੱਸਦੇ ਹਾਂ, ਫਿਰ ਦੇਖ ਤੂੰ ਕਹਾਣੀ 'ਚ ਆਉਂਦਾ ਟਵਿਸਟ। ਉਹ ਤੂੰ ਖੜ ਜਾ ਹਲੇ, ਕਹਾਣੀ 'ਚ ਟਵਿਸਟ ਬਾਅਦ 'ਚ ਲਿਆਵਾਂਗੇ, ਪਹਿਲਾਂ ਮੈਂ ਬ੍ਰੇਕਿੰਗ ਨਿਊਜ਼ ਬਣਾ ਦਾਂ। ਮੈਂ ਨਾ ਪਹਿਲਾਂ ਇਹਨਾਂ ਦੇ ਘਰੇ ਜਾ ਕੇ ਭਾਂਬੜ ਮਚਾ ਦਾਂ। ਬਸ ਫਿਰ ਭੈਣ ਬਣ ਕੇ ਤੂੰ ਇੱਕ ਕੰਮ ਕਰੀ, ਤੂੰ ਉੱਧਰ ਜਾ ਕੇ ਨਾ ਮੈਨੂੰ ਫੋਨ ਲਾ ਲਈ, ਮੈਂ ਸਾਰੀ ਗੱਲ ਸੁਣ ਕੇ ਖੁਸ਼ ਹੁੰਦੀ ਰਹੂੰਗੀ। ਬਾਹਲੀ ਚੌੜੀ ਹੁੰਦੀ ਸੀ ਨਾ ਲੱਡੂ ਨੂੰ ਲੈ ਕੇ, ਹੁਣ ਇਹਨਾਂ ਦੀਆਂ ਖੁਸ਼ੀਆਂ ਨੂੰ ਨਜ਼ਰਾਂ ਮੈਂ ਲਾਊਂਗੀ। ਖਾਣ ਆਣੀ ਹੁੰਦੀ ਹੈ, ਸਿਰ ਖਾ ਕੇ ਬਹਿਣੀ ਜਾਂ ਪਹਿਲੇ ਰੋਟੀ ਲੈ ਜਾ ਕੇ? ਬਣੀ ਹੋਈ ਹੈ ਰੋਟੀ, ਲੈ ਆਨੀ ਆ, ਪੇਕਿਓ ਆਈ ਆ, ਉੱਥੇ ਕੀ ਕੁਛ ਹੋਇਆ ਤੁਹਾਨੂੰ ਦੱਸਣਾ ਤਾਂ ਫਰਜ਼ ਆ ਮੇਰਾ। ਜੋ ਉਹਦਾ ਲੱਡੂ ਉਹਨਾਂ ਨੂੰ ਦਿੱਤਾ, ਉਹਦਾ ਤੇਰਾ ਪੇਕਾ ਕਲੇਸ਼ ਭਾਲਦਾ, ਹੋਰ ਉਹਨਾਂ ਮਾਵਾਂ ਪੁੱਤਾਂ ਨੂੰ ਆਉਂਦਾ ਵੀ ਕੀ ਹੈ? ਇਹ ਤਾਂ ਤੁਹਾਡੀ ਗਲਤ ਗੱਲ ਹੈ, ਤੁਸੀਂ ਆਉਂਦੇ ਮੇਰੇ ਪੇਕਿਆਂ ਨੂੰ ਗਲਤ ਕਹਿਣ ਲੱਗ ਪਏ ਹੋ। ਭਰਾ ਦੇ ਤੇਰੇ ਮੈਨੂੰ ਉਹਦਾ ਗੁੱਸਾ ਆਇਆ ਜੋ ਉਹਦਾ ਉਹਨੇ ਮੇਰੇ ਮੁੰਡਿਆਂ 2 ਲੱਖ ਦੇ ਮੁੱਲ ਪਾਇਆ। ਆਹੋ, ਪੰਚਾਇਤ ਦੇ ਵਿੱਚ ਇਕੱਲਾ ਰਾਧਿਕਾ ਦਾ ਭਰਾ ਬੋਲ ਸਕਦਾ ਸੀ, ਮੇਰੇ ਭਰਾ ਨੂੰ ਤਾਂ ਕੋਈ ਹੱਕ ਹੀ ਨਹੀਂ ਬੋਲਣ ਦਾ। ਹੱਕ ਸੀ ਤਾਂ ਹੀ ਪੰਚਾਇਤ 'ਤੇ ਬਿਠਾਇਆ ਸੀ, ਪਰ ਮੈਨੂੰ ਥੋੜ੍ਹੀ ਪਤਾ ਸੀ ਬੇਵਕੂਫੀ ਵਾਲੀ ਗੱਲ ਕਰੂਗਾ। ਤੁਹਾਨੂੰ ਪਤਾ ਹੈ ਮੇਰੇ ਭਰਾ ਨੇ ਮੇਰੇ ਕੋਲ ਰੱਖੜੀ ਨਹੀਂ ਬਣਵਾਈ, ਪੇਕਿਆਂ ਤੋਂ ਸਹੁਰਿਆਂ ਤੱਕ ਮੈਂ ਕੀ ਸੋਚਦੀ ਆਈ ਹਾਂ, ਇਹ ਸਿਰਫ ਮੈਂ ਹੀ ਜਾਣਦੀ ਹਾਂ। ਕਿਉਂ, ਉਹਨੂੰ ਕੀ ਹੋ ਗਿਆ? ਉਹ ਤਾਂ ਚੰਗਾ ਭਲਾ ਰੱਖੜੀ ਬਣਵਾਉਂਦਾ ਸੀ। ਬਸ ਉਹੀ ਲੱਡੂ ਵਾਲੀ ਗੱਲ ਦਾ ਗੁੱਸਾ ਉਹਨਾਂ ਨੂੰ, ਵੀ ਤੂੰ ਐਡਾ ਵੱਡਾ ਫੈਸਲਾ ਲੈਣਾ, ਸਾਡੇ ਨਾਲ ਸਲਾਹ ਤਾਂ ਕਰ ਲੈਂਦੀ, ਪਰ ਉਹਨਾਂ ਨੂੰ ਮੈਂ ਕੀ ਦੱਸਾਂ ਕਿ ਇਕੱਲਾ ਫੈਸਲਾ ਤੁਹਾਡਾ ਹੀ ਲਿੱਤਾ ਹੋਇਆ ਸੀਗਾ। ਮੇਰਾ ਭਰਾ ਸੀ ਤਾਂ ਮੈਂ ਹੀ ਫੈਸਲਾ ਲੈਣਾ ਸੀ, ਹੁਣ ਜੋ ਹੋ ਗਿਆ ਸੋ ਹੋ ਗਿਆ, ਹੁਣ ਇਸ ਗੱਲ ਦਾ ਇਸ ਘਰੇ ਕੋਈ ਕਲੇਸ਼ ਨਾ ਰੱਖੋ।
ਆਹੋ ਮੈਂ ਆਪਣੇ ਭਰਾ ਤੋਂ ਟੁੱਟ ਜਾਵਾਂ ਤੁਹਾਡੇ ਵਾਸਤੇ ਕੋਈ ਗੱਲ ਨਹੀਂ, ਜੇ ਤੁਹਾਡੇ ਭਰਾ ਦੀ ਗੱਲ ਆਈ ਤੇ ਜੋ ਹੋ ਗਿਆ ਸੋ ਹੋ ਗਿਆ। ਬੈਂਸਨ ਨਾਲ ਹੁਣ ਕੁਛ ਨਹੀਂ ਹੋਣਾ, ਕਲੇਸ਼ ਹੀ ਪੈਣਾ। ਹੁਣ ਤੇਰਾ ਪੇਕਾ ਆਪਣੇ ਘਰੇ ਰਾਜੀ ਤੇ ਅਸੀਂ ਆਪਣੇ ਘਰੇ ਰਾਜੀ। ਮੈਂ ਤੁਹਾਡਾ ਕਹਿਣ ਦਾ ਮਤਲਬ ਕੀ ਹੈ ਕਿ ਮੈਂ ਆਪਣੇ ਪੇਕੇ ਤੋਂ ਟੁੱਟ ਕੇ ਬਹਿ ਜਾ? ਜਦੋਂ ਤੇਰੇ ਪਰਿਵਾਰ ਨੇ ਲੱਡੂ ਦਾ ਕਲੇਸ਼ ਪਾਈ ਰੱਖਣਾ, ਜਦੋਂ ਉਧਰ ਜਾਣਾ ਉਦੋਂ ਕਲੇਸ਼ ਪੈਣਾ, ਤੇ ਮੇਰੇ ਹਿਸਾਬ ਨਾਲ ਤੂੰ ਟੁੱਟੀਆਂ ਠੀਕ ਹੈ। ਐ ਨਹੀਂ, ਮੈਂ ਆਪਣੇ ਪੇਕੇ ਛੱਡਦੀ, ਆ ਟੁੱਟਣ ਵਾਲੀ ਗੱਲ ਦੁਬਾਰਾ ਨਾ ਕਹੀਓ। ਨਾਲੇ ਤੇਰੇ ਪੇਕੇ ਤੋਂ ਮੈਨੂੰ ਚਾਹੀਦਾ ਸੀ ਜਿਹੜਾ ਤੇਰਾ ਸ਼ਰਾਬੀ ਅਪਰਾਧ ਮੇਰੇ ਮੁੰਡੇ ਦਾ ਮੁੱਲ ਪਾ ਗਿਆ। ਤੂੰ ਆਪਣੇ ਪੇਕਿਆਂ ਨਾਲ ਵਰਤਣਾ ਵਰਤ, ਪਰ ਮੇਰਾ ਉਹਨਾਂ ਨਾਲ ਲਿੰਕ ਖਤਮ ਹੈ ਜੇ ਉਹਨਾਂ ਨੇ ਲੱਡੂ ਵਾਲੀ ਗੱਲ ਦਾ ਕਲੇਸ਼ ਰੱਖਣਾ। ਕੀ ਤੁਹਾਡਾ ਕਹਿਣ ਦਾ ਮਤਲਬ ਕੀ ਹੈ, ਮੈਂ ਆਪਣੇ ਭਰਾ ਤੋਂ ਦੂਰ ਹੋ ਜਾਵਾਂ? ਤੇਰੇ ਕਹਿਣ ਦਾ ਕੀ ਮਤਲਬ ਹੈ ਮੈਂ ਆਪਣੇ ਭਰਾ ਤੋਂ ਦੂਰ ਹੋ ਜਾਵਾਂ? ਇਹ ਕਦੀ ਹੋ ਨਹੀਂ ਸਕਦਾ। ਤੇ ਦੁਪਹਿਰੇ ਰੋਟੀ ਖਾਣ ਆਉਂਦੀ ਤੂੰ ਕਲੇਸ਼ ਪਾ ਕੇ ਬਹਿ ਜਾਂਦੀ ਹੈ, ਇਹ ਉਹੀ ਕਲੇਸ਼ ਜਿਹੜਾ ਤੇਰਾ ਪੇਕਾ ਖਾ ਕੇ ਤੈਨੂੰ ਭੇਜਦਾ। ਨਾ ਕੋਈ ਗੱਲ ਨਹੀਂ, ਫਿਰ ਮੈਂ ਵੀ ਇੱਕ ਆਪਣੇ ਆਪ ਨਾਲ ਵਾਅਦਾ ਕਰਦੀ ਹਾਂ, ਮੈਂ ਵੀ ਤੁਹਾਨੂੰ ਦੋਨਾਂ ਭਰਾਵਾਂ ਨੂੰ ਇੱਕ ਛੱਤ ਥੱਲੇ ਰਹਿਣ ਨਹੀਂ ਦੇਵਾਂਗੀ।